ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਪਹੁੰਚੇ ਹਾਂ ਜੀ ਪਿੰਡ ਘਲਾਲ ਵਿਖੇ ਜੀ, ਜੋ ਕਿ ਚੰਡੀਗੜ੍ਹ ਰੋਡ ਦੇ ਉੱਤੇ ਸਥਿਤ ਆ ਜੀ। 10ਵੇਂ ਪਾਤਸ਼ਾਹ ਜਦੋਂ ਉੱਚ ਦਾ ਪੀਰ ਬਣ ਕੇ ਮਾਛੀਵਾੜਾ ਸਾਹਿਬ ਤੋਂ ਚੱਲੇ ਨੇ ਤਾਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ, ਗਨੀ ਖਾਂ ਅਤੇ ਨਵੀ ਖਾਂ ਵੀ ਪਾਤਸ਼ਾਹ ਦੇ ਨਾਲ ਸੀ ਜੀ। ਪਾਤਸ਼ਾਹ ਇਸ ਸਥਾਨ ਦੇ ਉੱਤੇ ਪਹੁੰਚੇ ਜੀ, ਕੁਛ ਸਮਾਂ ਇਸ ਸਥਾਨ ਦੇ ਉੱਤੇ ਬੈਠੇ ਜੀ, ਪਾਤਸ਼ਾਹ ਨੇ ਆਰਾਮ ਕੀਤਾ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਆ ਜਾਓ ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਚੱਲ ਕੇ ਜੀ। ਦਸਵੇਂ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ ਤੋਂ ਬਾਅਦ ਜਿਹੜੇ ਸਥਾਨਾਂ ਤੋਂ ਹੁੰਦੇ ਹੋਏ ਹਜ਼ੂਰ ਸਾਹਿਬ ਪੁੱਜੇ ਸਨ, ਅਸੀਂ ਉਹ ਸਾਰੇ ਸਥਾਨ ਕਵਰ ਕੀਤੇ ਹਨ। ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਦਾ ਸਫ਼ਰ ਤੈਅ ਕੀਤਾ ਸੀ ਅਤੇ ਇਸ ਵੀਡੀਓ ਤੋਂ ਬਾਅਦ ਅਸੀਂ ਮਾਛੀਵਾੜਾ ਸਾਹਿਬ ਤੋਂ ਬਾਅਦ ਪਾਤਸ਼ਾਹ ਜਿਹੜੇ ਸਥਾਨਾਂ 'ਤੇ ਗਏ ਹਨ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਹਨ। ਤੁਸੀਂ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਜੀ। ਗੁਰਦੁਆਰਾ ਸ਼ਸਤਰ ਭੇਟ ਸਾਹਿਬ ਆ ਜੀ ਇਹ, ਅਤੇ ਇਹ ਆ ਜੀ ਲੰਗਰ ਹਾਲ। ਇਹ ਗੇਟ ਨਾ ਹਲੇ ਬੰਦ ਆ, ਲੰਗਰ ਹਾਲ ਦੇ ਵਿੱਚ ਦੀ ਵੀ ਦਰਵਾਜ਼ਾ ਜਾਂਦਾ ਜੀ। ਇਹ ਆ ਜੀ ਲੰਗਰ ਹਾਲ ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਹ ਹੈ ਜੀ ਇੱਧਰ ਸਥਾਨ ਗੁਰਦੁਆਰਾ ਸਾਹਿਬ। ਗੁਰੂ ਸਾਹਿਬ ਜਦੋਂ ਉੱਚਾ ਪੀਰ ਬਣ ਕੇ ਮਾਛੀਵਾੜਾ ਸਾਹਿਬ ਤੋਂ ਚੱਲੇ ਨੇ ਨਾ ਜੀ, ਤਾਂ ਇਸ ਸਥਾਨ ਦੇ ਉੱਤੇ ਵੀ ਪਾਤਸ਼ਾਹ ਆਏ ਸੀ ਜੀ। ਪਾਤਸ਼ਾਹ ਦਾ ਇੱਕ ਸੇਵਕ ਸੀਗਾ ਜੀ, ਜਿਹੜਾ ਪਾਤਸ਼ਾਹ ਨੂੰ ਸ਼ਸਤਰ ਭੇਟ ਕਰਦਾ ਹੁੰਦਾ ਸੀਗਾ ਜੀ। ਜਦੋਂ ਉਹਨੂੰ ਪਾਤਸ਼ਾਹ ਬਾਰੇ ਪਤਾ ਲੱਗਿਆ ਜੀ ਪਾਤਸ਼ਾਹ ਆਏ ਹੋਏ ਨੇ, ਤਾਂ ਉਸ ਨੇ ਪਾਤਸ਼ਾਹ ਨੂੰ ਇੱਕ ਕਮਾਨ, ਦੋ ਕਿਰਪਾਨਾਂ, 22 ਤੀਰ ਭੇਟ ਕੀਤੇ ਸੀਗੇ ਜੀ ਪਾਤਸ਼ਾਹ ਨੂੰ, ਅਤੇ ਉਸ ਸਿੱਖ ਦਾ ਨਾਮ ਸੀਗਾ ਜੀ ਝੰਡਾ ਸਿੰਘ ਜੀ। ਪਾਤਸ਼ਾਹ ਨੇ ਉਹਨੂੰ ਸਤਨਾਮ ਵਾਹਿਗੁਰੂ ਜਪਣ ਦਾ ਉਪਦੇਸ਼ ਦਿੱਤਾ ਅਤੇ ਫਿਰ ਪਾਤਸ਼ਾਹ ਨੇ ਜੀ ਅੱਗੇ ਵੱਲ ਨੂੰ ਚਾਲੇ ਪਾਏ ਸਨ ਜੀ। ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ। ਆਓ ਹੁਣ ਆਪਾਂ ਸਭ ਚੱਲਦੇ ਹਾਂ ਉਸ ਸਥਾਨ ਦੀ ਤਰਫ ਜਿਸ ਜਗ੍ਹਾ ਉੱਤੇ ਪਾਤਸ਼ਾਹ ਨੇ ਕੋੜੀ ਦਾ ਕੋੜ ਦੂਰ ਕੀਤਾ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਪਹੁੰਚੇ ਹਾਂ ਜੀ ਪਿੰਡ ਲਲ ਕਲਾਂ ਦੇ ਵਿੱਚ ਜੀ। ਇੱਥੇ ਗੁਰਦੁਆਰਾ ਸਾਹਿਬ ਆ ਜੀ, ਸਰ ਸਾਹਿਬ ਜੀ। ਇੱਥੇ ਦੋ ਪਾਤਸ਼ਾਹੀਆਂ, 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਅਸਥਾਨ ਦੇ ਉੱਤੇ ਆਏ ਸੀਗੇ ਜੀ। ਇਸ ਅਸਥਾਨ ਦੇ ਉੱਤੇ ਇੱਕ ਪਵਿੱਤਰ ਬੇਰੀ ਇਹ ਸਾਹਿਬ ਆ ਜੀ, ਜਿਸ ਥੱਲੇ ਸਾਡੀਆਂ ਦੋਵੇਂ ਪਾਤਸ਼ਾਹੀਆਂ ਬੈਠੀਆਂ ਸਨ ਜੀ। ਇੱਕ ਬਰੋਟਾ ਸਾਹਿਬ ਆ ਜੀ, ਉਹਦੇ ਵੀ ਆਪਾਂ ਦਰਸ਼ਨ ਕਰਾਂਗੇ ਜੀ। ਆ ਜਾਓ ਪਹਿਲਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ।
ਇਹ ਆ ਜੀ ਗੁਰੂ ਕਾ ਲੰਗਰ, ਜਿੱਥੇ ਅਸੀਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਸ ਤੋਂ ਬਾਅਦ ਜੀ ਆਪਾਂ ਉਸ ਪਵਿੱਤਰ ਬੇਰੀ ਅਤੇ ਸਰੋਵਰ ਸਾਹਿਬ ਦੇ ਦਰਸ਼ਨ ਕਰਾਂਗੇ ਜੀ, ਜਿੱਥੇ ਸਾਡੇ ਪਾਤਸ਼ਾਹ ਨੇ ਬਹਿ ਕੇ ਬਚਨ ਕੀਤੇ ਸੀ, ਕੋੜੀ ਦਾ ਕੋੜ ਦੂਰ ਕੀਤਾ ਸੀ, ਅੱਜ ਵੀ ਇਸ਼ਨਾਨ ਕਰਕੇ ਹਰ ਪ੍ਰਕਾਰ ਦੀਆਂ ਚਮੜੀ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆ ਜੀ ਉਹ ਇਤਿਹਾਸਿਕ ਬੇਰੀ ਸਾਹਿਬ ਜੀ, ਜਿਸ ਜਗ੍ਹਾ ਦੇ ਉੱਤੇ ਸਾਡੇ ਦਸਵੇਂ ਪਾਤਸ਼ਾਹ ਆਏ ਸੀ ਜੀ। ਇੱਥੇ ਪਲੰਘ ਡਾਇਆ ਪਾਤਸ਼ਾਹ ਨੇ ਜੀ, ਬੈਠੇ ਕੁਛ ਦੇਰ ਆਰਾਮ ਕੀਤਾ। ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਬੇਰੀ ਦੇ ਥੱਲੇ ਬੈਠੇ ਸੀ ਜੀ। ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਜੀ। ਇਸ ਜਗ੍ਹਾ ਦੇ ਉੱਤੇ ਨਾ ਇੱਕ ਬੰਦਾ ਸੀ ਕੋੜੀ, ਉਹਦੇ ਕੋੜ ਫੁੱਟਿਆ ਹੋਇਆ ਸੀ। ਉਹ ਪਾਤਸ਼ਾਹ ਅੱਗੇ ਬੇਨਤੀ ਕੀਤੀ ਵੀ ਮੈਂ ਬਹੁਤ ਦੁਖੀ ਹਾਂ, ਮੇਰਾ ਕੋਈ ਹੱਲ ਕਰੋ ਪਾਤਸ਼ਾਹ ਤੁਸੀਂ। ਗੁਰੂ ਸਾਹਿਬ ਨੇ ਕੀ ਕੀਤਾ, ਘੋੜੇ ਦੇ ਮੂੰਹ ਵਿੱਚੋਂ ਜਿਹੜੀ ਝੱਗ ਨਿਕਲੀ, ਉਰੇ ਪਾਣੀ ਦਾ ਸੂਮਾ ਹੁੰਦਾ ਸੀਗਾ, ਪਾਤਸ਼ਾਹ ਨੇ ਉਹਦੇ ਵਿੱਚ ਘੋਲਤੀ ਅਤੇ ਪਾਤਸ਼ਾਹ ਕਹਿੰਦੇ ਕਰ ਇਸ਼ਨਾਨ। ਉਹਨੇ ਇਸ਼ਨਾਨ ਕੀਤਾ ਤਾਂ ਉਹ ਠੀਕ ਹੋ ਗਿਆ। ਅੱਜ ਵੀ ਕਿਹਾ ਜਾਂਦਾ ਕੋਈ ਸ਼ਰਧਾ ਭਾਵਨਾ ਨਾਲ ਜੀ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਦਾ ਆ, ਉਹਦੇ ਚਮੜੀ ਦੇ ਰੋਗ ਜੀ, ਦੁੱਖ ਜੀ ਦੂਰ ਹੁੰਦੇ ਨੇ ਜੀ। ਆਪਣੇ ਬੱਚਿਆਂ ਨਾਲ ਪਰਿਵਾਰ ਸਮੇਤ ਜ਼ਰੂਰ ਇਸ ਜਗ੍ਹਾ ਦੇ ਉੱਤੇ ਆਓ ਜੀ। ਸਾਡੀਆਂ ਦੋ ਪਾਤਸ਼ਾਹੀਆਂ ਇਸ ਅਸਥਾਨ ਦੇ ਉੱਤੇ ਆਈਆਂ ਹੋਈਆਂ ਨੇ ਜੀ। ਇੱਕ ਜੀ ਉੱਧਰ ਪਵਿੱਤਰ ਬਰੋਟਾ ਸਾਹਿਬ ਵੀ ਆ ਜੀ, ਜਿਹਦੇ ਥੱਲੇ ਛੇਵੇਂ ਪਾਤਸ਼ਾਹ ਬੈਠੇ ਜੀ। ਪਾਤਸ਼ਾਹ ਨੇ ਕਹਿੰਦੇ ਨੇ ਵੀ ਦੀਵਾਨ ਵੀ ਸਜਾਇਆ ਸੀ ਉਸ ਜਗ੍ਹਾ ਦੇ ਉੱਤੇ ਜੀ। ਆ ਜਾਓ ਆਪਾਂ ਤੁਹਾਨੂੰ ਉਸ ਬਰੋਟਾ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਹਾਂ ਜੀ। ਆਓ ਚਲੀਏ ਉੱਧਰ ਨੂੰ ਜੀ। ਇਹ ਆ ਜੀ ਉਹ ਇਤਿਹਾਸਿਕ ਬਰੋਟਾ ਸਾਹਿਬ ਜੀ, ਜਿਸ ਥੱਲੇ ਸਾਡੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੀ ਬੈਠੇ ਸੀ। ਅਤੇ ਕਿਹਾ ਜਾਂਦਾ ਜੀ ਪਾਤਸ਼ਾਹ ਨੇ ਉਰੇ ਦੀਵਾਨ ਵੀ ਸਜਾਇਆ ਸੀਗਾ ਜੀ। ਦੋ ਪਾਤਸ਼ਾਹੀਆਂ ਸਾਡੀਆਂ ਇਸ ਸਥਾਨ ਦੇ ਉੱਤੇ ਆਈਆਂ ਹੋਈਆਂ ਨੇ ਜੀ। ਉਰੇ ਕਾਰ ਸੇਵਾ ਵੀ ਚੱਲ ਰਹੀ ਆ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕੀ ਇਤਿਹਾਸ ਹੈ ਇਸ ਸਥਾਨ ਦਾ ਜੀ? ਇਹ ਬਰੋਟਾ ਸਾਹਿਬ ਜਿਹੜਾ ਹੈਗਾ ਜੀ, ਪਹਿਲਾਂ ਇਹ ਅੰਬ ਦਾ ਬੂਟਾ ਸੀਗਾ ਜੀ। ਠੀਕ ਆ ਜੀ। ਪਾਤਸ਼ਾਹ ਨੇ ਹੁਕਮ ਕੀਤਾ ਵੀ ਇਹ ਅੰਬ ਦਾ ਬੂਟਾ ਜੀ। ਠੀਕ ਆ ਜੀ। ਤਾਂ ਸੰਗਤਾਂ ਨੇ ਕਿਹਾ ਨਹੀਂ ਜੀ ਬਰੋਟਾ ਸਾਹਿਬ ਆ ਜੀ। ਠੀਕ ਆ ਜੀ। ਬਚਨ ਹੋਏ ਤੀਏ ਬਚਨ ਨੂੰ ਤਾਂ ਪਾਤਸ਼ਾਹ ਨੇ ਇਹ ਗੱਲ ਕਹੀ ਵੀ ਇਹ ਹੁਣ ਰਹੂਗਾ ਬਰੋਟਾ, ਪਰ ਇਹਦੇ ਪੱਤੇ ਅੰਬ ਵਰਗੇ ਹੋਣਗੇ। ਠੀਕ ਆ ਜੀ। ਹਾਂਜੀ, ਜਦ ਤੋਂ ਫਿਰ ਬਰੋਟਾ ਸਾਹਿਬ ਦੇ ਸੁਸ਼ੋਭਿਤ ਹੋ ਗਿਆ ਜੀ। ਇੱਥੇ ਕਾਰ ਸੇਵਾ ਵੀ ਚੱਲ ਰਹੀ ਹੈ ਬਾਬਾ ਭਜਨ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਜੀ, ਇਤਿਹਾਸਿਕ ਸਾਰੇ ਆਪਣੇ ਦਰਬਾਰ ਸਾਹਿਬ ਦੀ ਜੀ। ਤਾਂ ਬਾਬਾ ਵਧਾਵਾ ਸਿੰਘ ਜੀ ਜਥੇਦਾਰ ਮਛੁਆੜੇ ਤੋਂ ਆ ਕੇ ਸੇਵਾ ਕਰਾ ਰਹੇ ਨੇ, ਸੰਗਤ ਹਮ ਆ ਕੇ ਸੇਵਾ ਕਰ ਰਹੀਆਂ ਨੇ ਜੀ। ਇਹ ਆ ਜੀ ਸੋਹਣੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣ ਰਹੀ ਆ ਜੀ, ਸੇਵਾ ਚੱਲ ਰਹੀ ਹੋਈ ਹੈ ਜੀ, ਅਤੇ ਸੰਗਤਾਂ ਲੱਗੀਆਂ ਹੋਈਆਂ ਨੇ ਜੀ ਸੇਵਾ ਕਰਨ ਜੀ। ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ। ਆਓ ਹੁਣ ਚੱਲਦੇ ਹਾਂ ਆਪਾਂ ਅਗਲੇ ਸਥਾਨ ਦੀ ਤਰਫ ਜੀ। ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਪਰਿਵਾਰ ਵਾਲਿਆਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ, ਬਿਨਾਂ ਸਕਿਪ ਕੀਤੇ ਦੇਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਦਮਦਮਾ ਸਾਹਿਬ ਜੀ, ਪਿੰਡ ਕੁੱਬੇ ਦੇ ਵਿੱਚ ਬਣਿਆ ਹੋਇਆ ਸਥਾਨ ਆ ਜੀ। ਇਹ ਦਸਵੇਂ ਪਾਤਸ਼ਾਹ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਨਾਲ ਗਨੀ ਖਾਂ ਅਤੇ ਨਵੀ ਖਾਂ ਵੀ ਪਾਤਸ਼ਾਹ ਦੇ ਨਾਲ ਸੀਗੇ ਜੀ। ਪਾਤਸ਼ਾਹ ਕਲਾਲ ਪਿੰਡ
तो होंदे हुए जी, फिर लल पिंड, फिर इस स्थान ते जी पिंड कुब्बे दे विच आए सीगे जी। आ जाओ चलदे आं आपां इस स्थान दे दर्शन करदे आं जी, गुरद्वारा साहब दे अंदर नूं जी। ये सोहना उच्चा निशान साहिब झूलदा होया जी, जिस जगह दे उत्ते मेरे पातशाह कुछ देर बैठे सी जी। ये थल्ले बनिया होया लंगर हाल जी, आ जाओ चलते हैं आप गुरद्वारा साहिब के अंदर नूं जी, दर्शन करते हैं गुरद्वारा साहिब दे जी। बहुत बड़ी कुरबानी की आ साढ़े दसवें पातशाह धन धन साहब श्री गुरु गोबिंद सिंह जी महाराज जी ने जी, आपां अपने बच्चों नाल जी परिवार नाल इस स्थान पर आना चाहिए जी, इस स्थान के दर्शन करने चाहिए ने जी। आ जाओ चलते हैं आपां हुण अंदर नूं जी। आपा सब ने मिल के इस स्थान के दर्शन कर लेने जी। वीडियो किवें लगी कमेंट करके जरूर दस्यो, वीडियो लाइक कर दियो, चैनल सबसक्राइब कर दियो, बैल आइकन दबना ना भुल्यो जी। इस तो बाद आपा सारे मिल के उस बेरी साहिब के दर्शन करांगे, जिसनों एक अंग्रेज़ द्वारा टक्क मारन ते बेरी साहिब के विचों खून निकलिया सी जी। वाहेगुरू जी का खालसा, वाहेगुरू जी की फतेह जी।